कोई निहंग नहीं है ओरिजिनल निहंग सानू तो पुकरे ने खोती आप ही जान के बाने की मर्यादा भंग कर रहे हैं। अमृतपाल चैक भेज देना सानी ने असी लैन आए मैं भी मैं चैक तो भेज चुका कोई नहीं जो आन के कुछ ना कुछ तो दे के भेजेंगे जड़ा जड़े मकसद मैं ला रहा उस मकसद का जवाब लैके जा। और पांच छः बंदे से चार तो डर के ही भज गए दो ही रह गए मलंग जे उन्होंने पुलिस अठ नंबर थाने लै गए कि कारण की है। देखो सीधा सीधा गौरव जी अभी समझते भी हिंदुआ डराने वास्ते आए थे सू भी अभी तो दफ्तर आ गए तो घर आ गए लेकिन यह भुल गया ये भुल गया भी अगे तो प्यो बैठा ये डरन वाले नहीं असी इक्की कत्ती शगन मोड़न वाले कल मोड़िया दब पिछले दिनी अमृतपाल नूं 21,000 दा चैक भेजन वाले हिंदू नेता रोहित सानी दे दफ्तर दे बाहर कल कुछ निहंग जत्थेबंदियां वल्लों प्रोटेस्ट किया गया हंगामा किया गया। सो उस तो बाद रोहित सानी वल्लों पुलिस नूं इक शिकायत दित्ती गई जिस तो बाद पुलिस ने दो निहंगा नूं जिहड़ा वा हिरासत दे विच लिता होया वा सो पुछ पड़ताल कर रही आ। रोहित सानी साडे नाल मौजूद ने गल्लबात कर लैने आ। रोहित जी 21,000 दा चैक भेजा सी तुसीं पिछले दिनी ਉਹਦੀ ਗੱਲ ਵੀ ਆਖੀ ਸੀ ਕਿ ਅਸੀਂ 21,000 ਚੈੱਕ ਦੇਣਾ ਵਾ ਉਹ ਤੁਸੀਂ ਭੇਜ ਵੀ ਦਿੱਤਾ ਕੱਲ ਨਿਹੰਗ ਜਥੇਬੰਦੀਆਂ ਆਉਂਦੀਆਂ ਨੇ ਇੱਥੇ ਆ ਕੇ ਪ੍ਰੋਟੈਸਟ ਕਰਦੀਆਂ ਨੇ ਹੰਗਾਮਾ ਕਰਦੀਆਂ ਨੇ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਤੁਸੀਂ ਕੱਲ ਇੱਕ ਸ਼ਿਕਾਇਤ ਵੀ ਪੁਲਿਸ ਨੂੰ ਦਰਜ ਕਰਾਈ ਹੈ। ਜੈ ਸ਼੍ਰੀ ਰਾਮ ਜੀ ਜੈ ਮਾਤਾ ਦੀ। ਗੌਰਵ ਜੀ ਮੈਂ ਪਹਿਲੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਇਹ ਕੋਈ ਨਿਹੰਗ ਨਹੀਂ ਹੈਗੇ ਓਰੀਜਨਲ ਨਿਹੰਗ ਸਾਨੂੰ ਤਾਂ ਇਹ ਫੁਕਰੇ ਨੇ ਖੋਤੀ ਆਪ ਹੀ ਜਾਣ ਕੇ ਬਾਣੇ ਦੀ ਮਰਿਆਦਾ ਨੂੰ ਭੰਗ ਕਰ ਰਹੇ ਨੇ। ਇਹ ਜਿਹੜਾ ਕੱਲ ਆਇਆ ਰਮਨਦੀਪ ਸਿੰਘ ਮੰਗੂ ਮੱਠ ਇਹਦਾ ਨਾਮ ਹੈ ਅਤੇ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਦਿਖਾਉਂਦਾ ਇਸ ਬੰਦੇ ਦੇ ਉੱਤੇ ਜਿਹੜੇ ਪਰਚੇ ਨੇ ਉਹ ਕਿਹੜੇ ਨੇ। ਇੱਕ ਬੰਦਾ ਹੁੰਦਾ ਕੋਈ ਬੰਦਾ ਧਰਮ ਦੀ ਲੜਾਈ ਲੜਦਾ ਹੁੰਦਾ ਨਾ ਉਹਦੇ 'ਤੇ ਕੋਈ ਪਰਚੇ ਬਹੁਤ ਵਧੀਆ ਹੁੰਦੇ ਨੇ। ਇਸ ਬੰਦੇ ਦੇ ਉੱਤੇ ਆਹ ਲਓ ਜੀ ਆਹ ਡਿਟੇਲ ਹੈ ਆਹ ਇਹਦਾ ਨਾਮ ਹੈ ਰਮਨਦੀਪ ਸਿੰਘ ਨਿਹੰਗ ਲਿਖਿਆ ਅਲਾਈਜ਼ ਨਿਹੰਗ ਸੁਖਵਿੰਦਰ ਸਿੰਘ ਇਹਦੇ ਪਿਓ ਦਾ ਨਾਮ ਹੈ ਪਰਵਿੰਦਰ ਕੌਰ ਮਾਤਾ ਦਾ ਨਾਮ ਹੈ ਅਤੇ ਇਹਦੇ ਉੱਤੇ ਤੁਸੀਂ ਇਹ ਦੇਖੋ ਆਹ ਟਾਈਪ ਆਫ ਅਫੈਂਸ ਦੇਖੋ ਕੀ ਲਿਖਿਆ ਐਫ ਆਈ ਆਰ ਪਹਿਲੀ ਜਿਹੜੀ ਐਫ ਆਈ ਆਰ ਨੰਬਰ 132 ਸ਼ੰਭੂ ਪਟਿਆਲਾ ਥੈਫਟ ਚੋਰੀ ਦਾ ਪਰਚਾ ਉਸ ਤੋਂ ਬਾਅਦ ਆਮ ਐਕਟ ਦੇ ਪਰਚੇ ਡਿਵੀਜ਼ਨ ਨੰਬਰ 4 ਦੇ ਵਿੱਚ ਉਸ ਤੋਂ ਬਾਅਦ ਆਈ ਪੀ ਸੀ 379-411 ਮਤਲਬ ਖੋਹ ਦੇ ਪਰਚੇ ਠੀਕ ਹੈ ਜੀ ਫਿਰ ਡਿਵੀਜ਼ਨ ਨੰਬਰ 4 ਦੇ ਵਿੱਚ ਆਮ ਐਕਟ ਦਾ ਪਰਚਾ ਫਿਰ ਆਮ ਐਕਟ ਦਾ ਪਰਚਾ ਹੈਬੋਲ ਥਾਣੇ ਦੇ ਵਿੱਚ ਫਿਰ 379-B ਖੋਹ ਦਾ ਪਰਚਾ ਮਤਲਬ ਇਹ ਕੋਈ ਬੰਦਾ ਕੋਈ ਧਾਰਮਿਕ ਫਿਰ 323-24-41-506 ਮਤਲਬ ਅੰਬਾਰ ਹੀ ਹੈ 7 ਨੰਬਰ ਐਫ ਆਈ ਆਰ ਸਲੇਮ ਟਾਬਰੀ ਦੇ ਵਿੱਚ 153-435 ਠੀਕ ਹੈ ਜੀ ਫਿਰ ਇਹਦੇ ਬਸਤੀ ਯੋਧਿਆਲ ਦੇ ਵਿੱਚ ਪੋਸਟਲ ਜੇਲ੍ਹ ਰਿਹਾ ਲੁਧਿਆਣਾ ਜੇਲ੍ਹ ਰਿਹਾ ਇਹ ਕੋਈ ਬੰਦਾ ਕੋਈ ਧਾਰਮਿਕ ਨਹੀਂ ਹੈਗਾ ਪਹਿਲੀ ਗੱਲ ਤਾਂ ਇਹਨੂੰ ਨਿਹੰਗ ਕਹਿਣਾ ਨਿਹੰਗਾਂ ਦੀ ਬੇਅਦਬੀ ਕਰਨ ਦੇ ਬਰਾਬਰ ਹੈ ਇਹ ਲੋਕਾਂ ਨੇ ਕੀ ਕਰ ਲਿਆ ਹੈ ਕੱਲ ਮੈਨੂੰ ਕੋਈ ਪੱਤਰਕਾਰ ਭਰਾਵਾਂ ਦੇ ਬਾਬਤ ਪਤਾ ਲੱਗਿਆ ਫੋਨ ਆਇਆ ਵੀ ਇਹ ਨਿਹੰਗ ਕੋਈ ਜਥੇਬੰਦੀਆਂ ਵਾਲੇ ਤੁਹਾਡਾ ਦਫ਼ਤਰ ਘੇਰਨ ਆ ਰਹੇ ਹੈ ਮੈਂ ਕਿਹਾ ਜੀ ਆ ਲੈਣ ਦਿਓ ਵੀ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਚੈਨਲ ਵਾਲਿਆਂ ਨੂੰ ਕਿਹਾ ਵੀ ਜਿਹੜਾ ਅੰਮ੍ਰਿਤਪਾਲ ਨੂੰ ਚੈੱਕ ਭੇਜ ਦੇਣਾ ਸਾਨੀ ਨੇ ਉਹ ਅਸੀਂ ਲੈਣ ਆਏ ਹਾਂ ਮੈਂ ਕਿਹਾ ਵੀ ਮੈਂ ਚੈੱਕ ਤਾਂ ਭੇਜ ਚੁੱਕਾ ਕੋਈ ਨਹੀਂ ਜਦੋਂ ਆਉਣਗੇ ਕੁਛ ਨਾ ਕੁਛ ਤਾਂ ਦੇ ਕੇ ਭੇਜਾਂਗੇ ਜਿਹੜਾ ਜਿਹੜੇ ਮਕਸਦ ਨਾਲ ਆ ਰਿਹਾ ਉਸ ਮਕਸਦ ਨਾਲ ਜਵਾਬ ਲੈ ਕੇ ਜਾਊਗਾ ਅਤੇ ਇੰਨੀ ਦੇਰ ਨੂੰ ਇਹ ਪੁਲਿਸ ਨੂੰ ਦੱਸ ਮਨਾ ਪੱਤਰਕਾਰਾਂ ਨੂੰ ਦੱਸ ਕੇ ਇਹਨੇ ਥੱਲੇ ਪੱਤਰਕਾਰ ਭਰਾ ਆ ਗਏ ਇਹ ਆ ਗਿਆ ਥੱਲੇ ਅਸੀਂ ਵੀ ਥੱਲੇ ਚਲੇ ਗਏ ਅਤੇ ਮੇਰੀ ਗਾਲੀ ਗਲੋਚ ਹੋਈ ਇਹਦੇ ਨਾਲ ਪਰ 5-6 ਬੰਦੇ ਸੀ ਚਾਰ ਤਾਂ ਡਰ ਕੇ ਹੀ ਭੱਜ ਗਏ ਦੋ ਹੀ ਰਹਿ ਗਏ ਮਲੰਗ ਜੇ ਅਤੇ ਉਹਨਾਂ ਨੂੰ ਪੁਲਿਸ 8 ਨੰਬਰ ਥਾਣੇ ਲੈ ਗਈ ਅਸੀਂ ਪਿੱਛੇ ਗਏ ਸੀਗੇ ਵੀ ਇਹ ਕੀ ਕਾਰਨ ਕੀ ਹੈ। ਦੇਖੋ ਸਿੱਧਾ ਸਿੱਧਾ ਗੌਰਵ ਜੀ ਅਸੀਂ ਸਮਝਦੇ ਵੀ ਹਿੰਦੂਆਂ ਨੂੰ ਡਰਾਉਣ ਵਾਸਤੇ ਆਏ ਸੀ ਸਾਨੂੰ ਵੀ ਅਸੀਂ ਤੁਹਾਡੇ ਦਫ਼ਤਰ ਆ ਗਏ ਹਾਂ ਅਤੇ ਘਰ ਆ ਗਏ ਲੇਕਿਨ ਇਹ ਭੁੱਲ ਗਿਆ ਇਹ ਭੁੱਲ ਗਿਆ ਵੀ ਅੱਗੇ ਤੁਹਾਡਾ ਪਿਓ ਬੈਠਾ ਅਸੀਂ ਡਰਨ ਵਾਲੇ ਨਹੀਂ ਅਸੀਂ 21-31 ਸ਼ਗਨ ਮੋੜਨ ਵਾਲੇ ਹਾਂ ਅਤੇ ਕੱਲ੍ਹ ਮੋੜਿਆ ਦੱਬ ਕੇ ਸਾਨੂੰ ਕੀ ਪ੍ਰੋਬਲਮ ਹੈ ਅਸੀਂ ਤਾਂ ਆਪਣੀ ਅਸੀਂ ਤਾਂ ਹਮੇਸ਼ਾ ਇੱਕ ਨਾਰਾ ਮੈਂ ਦਿੰਦਾ ਮਕਸਦ ਕੀ ਸਮਝਦੇ ਤੁਸੀਂ ਮਕਸਦ ਦੀ ਗੱਲ ਕੀਤੀ ਹੈ ਕਿ 21,000 ਤੁਸੀਂ ਦੇ ਚੁੱਕੇ ਹੋ ਫਿਰ ਕਾਹਦਾ ਮਕਸਦ ਮਕਸਦ ਦੇਖੋ ਭਾਜੀ ਆਪਣੀ ਪਬਲਿਸਿਟੀ ਜੇ ਉਹਨੂੰ ਜ਼ਿਆਦਾ ਹੀ ਮਸੂਰਮਾ ਸੀ ਬੰਦਾ ਮੈਂ ਤਾਂ ਬੁਲਾਇਆ ਹੀ ਨਹੀਂ ਨਾ ਪੁਲਿਸ ਨੂੰ ਨਾ ਮੀਡੀਆ ਨੂੰ ਫਿਰ ਕਿਉਂ ਫੋਨ ਕਰਕੇ ਆਇਆ ਵੱਜਦਾ ਸਿੱਧਾ ਬੁੜੇ ਦੇ ਵਿੱਚ ਫਿਰ ਕੀ ਤਕਲੀਫ ਸੀ ਮਤਲਬ ਵਿਹਲੀ ਪਬਲਿਸਿਟੀ ਬੰਦੇ ਦਾ ਕਿਰਦਾਰ ਦੇਖਣਾ ਚਾਹੀਦਾ ਮੈਂ ਫਿਰ ਅਪੀਲ ਕਰਦਾ ਸਾਰੇ ਭਾਈਚਾਰਿਆਂ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਇਹ ਲੋਕ ਗਲਤ ਨੇ ਸਾਰੀ ਸ਼ਿਵ ਸੈਨਾ ਗਲਤ ਨਹੀਂ ਹੈਗੀਆਂ ਸ਼ਿਵ ਸੈਨਾ ਦੇ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਤਥਾ ਕਥਿਤ ਜਿਹੜੇ ਕੁਝ ਲੋਕ ਵਿੱਚ ਪੈ ਗਏ ਨੇ ਗਨਮੈਨ ਦੀ ਰਾਜਨੀਤੀਆਂ ਕਰਨ ਨੂੰ ਜਿਹੜੇ ਅਨਾਪ ਸ਼ਨਾਪ ਬਿਆਨ ਦਿੰਦੇ ਨੇ ਤੁਸੀਂ ਬੋਲੋ ਅਸੀਂ ਵੀ ਬੋਲਦੇ ਪਏ ਹਾਂ ਲੇਕਿਨ ਆਪਣੇ ਧਰਮ ਲਈ ਤਰਕ ਨਾਲ ਬੋਲਣਾ ਅਸੀਂ ਵਿਰੋਧ ਕੀ ਕਰਨਾ ਅੱਜ ਹੁੰਦਾ ਕੀ ਪਿਆ ਅਸੀਂ ਅਸਮਾਜਿਕ ਤੱਤਵਾਂ ਦਾ ਵਿਰੋਧ ਕਰਦੇ ਹਾਂ ਲੇਕਿਨ ਕਿਤੇ ਨਾ ਕਿਤੇ ਸਿੱਖ ਸਮਾਜ ਕਟਗਹਿਰੇ 'ਚ ਸਾਨੂੰ ਲੈ ਲੈਂਦਾ ਵੀ ਅਸੀਂ ਸਿੱਖਾਂ ਦੇ ਵਿਰੋਧੀ ਹਾਂ ਲੇਕਿਨ ਉਹ ਕਿਉਂ ਹੈ ਕਿਉਂਕਿ ਕੁਝ ਲੋਕ ਆਪਣੀ ਜ਼ੁਬਾਨ ਤੇ ਲਗਾਮ ਨਹੀਂ ਦੇ ਰਹੇ ਚਾਹੇ ਉਹ ਹਿੰਦੂ ਸੰਗਠਨਾਂ ਦੇ ਨੇ ਜਿੱਦਾਂ ਸ਼ਿਵ ਸੈਨਾ ਵਾਲਿਆਂ ਨੂੰ ਇਹ ਲੋਕ ਟਾਰਗੇਟ ਕਰਦੇ ਨੇ ਸਾਡੇ ਲੋਕ ਉਦਾਂ ਹੀ ਕੁਝ ਲੋਕਾਂ ਨੂੰ ਮੈਂ ਫਿਰ ਬਾਰ ਬਾਰ ਕਹਿੰਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਸ਼ਿਵ ਸੈਨਾ ਉਹ ਸੰਗਠਨ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਜਿੰਦੇ ਹਾਂ
जिन्हां करके पंजाब दे अतवाद दे टाइम दे जे श्री जगदीश तांगड़ी वर्गे सूरमा रमाकांत जलोटा वर्गे पवन शर्मा जी वर्गे पवन गुप्ता जी वर्गे हैना पंचानंद गिरी जी वर्गे जिहड़े सूरमे ना हुंदे तां अज हिंदुआं दा बहुत नुकसान होना सी पंजाब विच। लेकिन अज दे प्रेजेंट सिचुएशन विच कुछ लोग ऐसे विच वड़ चुके ने जिहड़े साडे नाम नूं भी बदनाम कर रहे ने जिन्हां करके साडा सिर नीचा हो रहा। असीं नाम बदनाम कर रहे ने की कारण समझ लो अनाप शनाप बयान देने गलत है, अनाप शनाप गल्लां करनियां गलत है। तुसी तत्थ दे हिसाब नाल गल करो, तुसी विरोध करना है, तुसी आपां बंदे दा विरोध कर रहे हैं। मैं भी अमृतपाल जी नाल मेरा मेरे जिन्ना विरोध तां किसी ने नहीं किया, लेकिन आपां अपनी लीक दे बोलदे हैं, आप अपने धर्म लिए बोलते हैं। अपनी लाइन वड्डी करिए, असीं जिवें तुहानूं दस्सिया त्रिशूल दीक्षा हुण साडे कोल आ गए, त्रिशूल असीं त्रिशूल दीक्षा शुरू कर रहे हैं। असीं अपने बंदिआं दा आत्म सन्मान जगाना, अपने बंदिआं नूं प्रोत्साहित करना, ना कि किसी धर्म नूं माड़ा बोल के, ठीक है ना। वैसे तां साडे हिंदुआं दे सनातन धर्म की रीत है, असीं हर धर्म दा आदर करदे, कोई धर्म नूं माड़ा नहीं कहिंदा। लेकिन मीडिया ते वी मैनूं थोड़ा जिहा रोष हुंदा है वी मीडिया हर हिंदू नेता की छवि नैगेटिव दिखाने की कोशिश करता, क्योंकि असी बोलते अज मैं अपने धर्म लिए बोल रहा, अज मैं अमृतपाल नूं बोल रहा, तो उसका कारण है कि पंजाब मेरा भी है। विरोध क्यों, अमृतपाल का विरोध क्यों? विरोध इस करके क्योंकि वो बच्चे नूं प्रोत्साहित कर रहे हैं जी। विरोध तो उसके बयान च ही है, बच्चे नूं कहिंदा असले चक लो, बच्चे नूं कहिंदा सोधे लाओ, फिर उसके कहने सुधीर सुड़ी का कतल हो गया, जग चाही रहा भी संदीप सिंह सन्नी का बंदा सी, फिर क्यों नहीं जिम्मेवारी लैंदा? मतलब तू बच्चे लोगों की मावां के पुत मरवाने ना, तू भगत सिंह तो बनाना सारे नूं, लेकिन कंध एक घर छड के आप बन फिर माड़ा जिहा, तैनूं पता लगे हुण सुधीर सुड़ी दे कतल तो बाद कित्ते अमृतपाल हुण जो एक बार उन्हें नजरबंद किया, एक बार उन्हें पता लगे भी प्रशासन ने दबाव पाया भी तेरा परचा होना है, चुप करके बैठा हुंदा की है। प्रशासन शुरू तो बेनती करते आ रहे, सानू कोई चीज नहीं चाहिए, ना सानू खालिस्तान चाहिए, ना सानू कुछ चाहिए। तुसी आम सिखां नाल गल करो, कोई केड़ा यार ऐसा त्यौहार है जिहड़ा भाईचारक सांझ नहीं मनाया जाता? बार अज माहौल की बनाता अमृतपाल वर्गिया ने, टुच पुंजी जिहड़े कल परसों आए ने, कल आए ने, इन्होंने माहौल यह बनाता भी शायद हिंदू गुरुद्वारे जाने तो डरन लग जाएगा। यही हो रहा है महिंद्रू जी, यही हो रहा है भी हिंदुआं नूं दिमाग दे जे आम हिंदू नूं इन्ना डर पै गया कि असीं उत्थे जाइए सानू कुट्टी ना देन, क्योंकि इन्हां दा राज हो गया, कोई कंट्रोल ही नहीं है नी इन्हां ते, ना पुलिस का डर है, ठीक है ना। सरे तुसीं कल दी गल सुन लो, तुसीं वीडियो कैप्चर कीती होनी है, मैं तुहानूं दिखा दिंदा। दो तां निहंग सीगे जिन्हां ने बाणा पाया सी, तीन चार बंदे वैसे सी, निहंगा ने तां मान लिया शस्त्रधारी सी जी, कह दिंदे सी शस्त्रधारी आ। जिहड़े बाकी दो बंदे सी ओह हथियार लै के आए ने, कुल्हाड़ी फलाना ढंगाणा, ओह कित्थे ने? ओह की सीगा, ओह की सीगा, कौन सीगा? पुलिस तुसीं तुहानूं पुलिस ने देखो हले कोई कार्रवाई कीती कि नहीं कीती, मैनूं कोई इन्फॉर्मेशन नहीं आई। मेरे को उन्होंने बयान लै लिया, मेरे हिसाब नाल सीएम साहब आए हुए ने, शायद पुलिस भी बिजी है, लुधियाना दौरे ते ने सीएम साहब। चलो दो दिन ने, तीन दिन ने, एक पार्ट ऑफ राजनीति है। मैं तो हले तक फोन नहीं किया, ठीक है ना, क्योंकि चलो बिजी है, हुण देखदे आं पुलिस कार्रवाई की करती है। रोहित, तुहाडा दफ्तर फाउंटेन चौक दे विच आ, कुछ ही दूरी ते कल है ना, मेरे ख्याल की 100 कदम की दूरी नहीं होनी जिथे फंक्शन है। सो इस माहौल किस तरह देखते हो, इस तरह के माहौल ललकारे मारना? गौरव जी मैं तो यह सोचदा, पहली गल तो मैं दो चीजा कहना चाहना, इनू यह चेतावनी समझ लैन, इनू नसीहत समझ लैन, तुसी हिंदू समाज नू कमजोर ना समझो, सानू डराने की कोशिश ना करो, ये तुहाडा वहम है। देखो तुसी दो चार पांच शिवसेना वाले नू गालां कढ के, या किसी हिंदू संगठन के किसी बंदे नू गालां कढ के, ਜਾਂ ਤਾਂ ਮੈਂ ਹਿੰਦੂ ਸਮਾਜ ਦੇ ਬੰਦਿਆਂ ਨੂੰ ਵੀ ਅਪੀਲ ਕਰਦਾ, ਜਾਂ ਤਾਂ ਲੜ ਲਓ, ਜਾਂ ਤਾਂ ਆਪਾਂ ਠੋਸ ਹੋ ਕੇ ਲੜੀਏ, ਛੱਡ ਦਈਏ ਗਨਮੈਨ ਦੀ ਰਾਜਨੀਤੀ, ਠੀਕ ਹੈ ਨਾ। ਕੀ ਸੀਗਾ ਕੱਲ ਭੱਜੇ ਨੀ, ਕੱਲ ਭੱਜੇ ਨੀ, ਉਹ ਤਾਂ ਹੁਣ ਚੈਨਲਾਂ ਤੇ ਵੀਡੀਓ ਚਲਦੀਆਂ, ਲਿਖੀ ਜਾਂਦੇ ਥੱਲੇ ਸ਼ੇਰ ਆ ਗਏ, ਸਿੰਘ ਆ ਗਏ, ਸ਼ੇਰ ਆ ਗਏ, ਕੱਲ ਉਹ ਭੱਜੇ ਨੇ, ਤੁਸੀਂ ਗਵਾਹ ਹੋ, ਤੁਸੀਂ ਨਿਊਟਰਲ ਹੋ, ਤੁਸੀਂ ਅੱਜ ਬੋਲੋ ਨਾ ਬੋਲੋ ਸਾਰਿਆਂ ਨੂੰ ਪਤਾ। ਕਿਉਂ ਅਸੀਂ ਇੱਕ ਗੱਲ ਕਹਿੰਦੇ, ਸਾਡੇ ਕੋਈ ਦੁਸ਼ਮਣ ਨਹੀਂ, ਪਰ ਮੇਰੇ ਘਰ ਦੇ ਅੰਦਰ ਕੋਈ ਵੜਨਾ ਚਾਹੁੰਦਾ ਹੈ ਤੇ ਆਤਮ ਰੱਖਿਆ ਚ ਮੈਂ ਹਰ ਉਹ ਸੰਭਵ ਕਦਮ ਚੱਕਾਂਗਾ ਜੋ ਮੈਨੂੰ ਸਹੀ ਲੱਗਦਾ। ਮੈਂ ਆਪਣੇ ਪਰਿਵਾਰ ਦੀ, ਆਪਣੀ ਰੱਖਿਆ ਕਰਨ ਲਈ ਮੈਂ ਖੁਦ ਨਿਰਭਰ ਆਤਮ ਨਿਰਭਰ ਬਣਿਆ ਤੇ ਮੈਂ ਕੁਛ ਕਰੂੰਗਾ ਜੋ ਮੈਨੂੰ ਚੰਗਾ ਲੱਗਦਾ। ਮੈਂ ਕੋਈ ਡਰ ਕੇ ਥੋੜੀ ਰਹਿਣਾ, ਪੰਜਾਬ ਮੇਰਾ ਹੈ, ਮੇਰੇ ਫਾਦਰ ਸਾਹਿਬ ਇੱਥੇ ਦੇ ਜੰਮਪਲ ਨੇ, ਮੇਰੇ ਦਾਦੇ ਪੜਦਾਦੇ ਇੱਥੇ ਦੇ ਜੰਮਪਲ ਨੇ। ਇਹਨਾਂ ਇਹ ਕੀ ਸਮਝਦੇ ਵੀ ਪੰਜਾਬ ਸਿਰਫ ਇੱਕ ਕਮਿਊਨਿਟੀ ਦਾ? ਬਿਲਕੁਲ ਨਹੀਂ ਹੈਗਾ, ਕਿਸੇ ਦੇ ਪਿਓ ਦਾ ਨਹੀਂ ਪੰਜਾਬ, ਸਾਡਾ ਪੰਜਾਬ ਹੈ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਮਾਹੌਲ ਕੀ ਹੈ, ਮਾਹੌਲ ਸਰਕਾਰਾਂ ਦੇ ਹੱਥ ਹੈ, ਠੀਕ ਹੈ ਨਾ। ਸਰਕਾਰ ਅੱਜ ਕਿਉਂ ਨਹੀਂ ਕੋਈ ਡਿਸੀਜਨ ਲੈਂਦੀ? ਕੱਲ ਸੀਪੀ ਸਾਹਿਬ ਨੇ, ਕੱਲ ਡੀਜੀਪੀ ਸਾਹਿਬ ਆਏ ਹੋਏ ਸੀ, ਡੀਜੀਪੀ ਸਾਹਿਬ ਨੇ ਕਿਹਾ ਜਿਹੜੇ ਵੀਡੀਓ ਪਾਉਂਦੇ ਨੇ ਮਾਹੌਲ ਖਰਾਬ ਕਰਦੇ ਨੇ, ਨਹੀਂ ਕਰਦਾ, ਇਹ ਤਾਂ ਸਰੇਆਮ ਮਾਹੌਲ ਖਰਾਬ ਕਰ ਰਹੇ। ਕੱਲ ਬੇਸਿਕਲੀ ਮੇਰੇ ਹਿਸਾਬ ਦੇ ਨਾਲ ਕੱਲ ਜਿਹੜੇ ਹਥਿਆਰ ਲੈ ਕੇ ਆਏ ਨੇ ਇਹਨਾਂ ਦੇ 307 ਦਾ ਪਰਚਾ ਹੋਣਾ ਚਾਹੀਦਾ। ਜੇ ਕੋਈ ਅਣਗਹਿਲੀ ਹੁੰਦੀ, ਮੈਂ ਇਹ ਨਹੀਂ ਕਹਿ ਰਿਹਾ ਮੈਨੂੰ ਕੋਈ ਡਰ ਇਹਨਾਂ ਤੋਂ,
हो सकता जो लड़ाई होंगी तो की होंगे रब जानता भी परचा मेरे से हों के हों कौन कि घाटा करता पर माहौल कौन बना रहा मैं तो अपने दफ्तर बैठा मैं हूं भी बैठा तुम आए हो मैं कला बैठा मैं कोई हथियार लैके नहीं बैठा पर जो मेरे परिवार से मेरे वाल कोई तुरूगा तो मैं हर रोज संभव कदम चकांगा जो मैं चाहिए चकना सो ये प्रशासन चाहिए पुलिस प्रशासन का दाब है यार ये बंदे का रिकॉर्ड तो कटो तेरा एफ आई आर तो मैं तुम दिखा दी चोरी दी ठगी दी चिट्टे दी आम एक्ट दी ये बंदा कोई धार्मिक बंदा हो सकता रमनदीप सिंह मंगू मट एदी होर वीडियो तुहानू मैं दिखाना भाजी ये किसी दुकान से वड़ गया ब्लैकमेलिंग करन सानू तां कल भरावां ने भेजी ना बाद चो क्योंकि मैं तो शकल देखी क्योंकि राजीव गांधी का बोते ने साड़िया सी आलो आप आ वीडियो चलती भी है पुलिस ने इन्हू घेरिया आ ये माफिया मंग के आया दुकान से किसी साढ़े किसी मित्र की दुकान से चला गया ठीक है ना एदा कम है पांच पांच दस दस हजार रुपए ठगने करने यदा कम है आलो आ दस हजार भी इन्हें अपने गूगल पे दे पवाया आलो आ गूगल पे का स्क्रीन शॉट है जी दुकान से गया दस हजार रुपए ब्लैकमेलिंग करके ओ साले ने रमनदीप सिंह एदा नाम लिखा आ बंदे का रमनदीप सिंह सानू सुखविंदर सिंह ए दस हजार रुपए ने पवाया आ कम करते पेने बाने पा के ਤੁਸੀਂ ਕਹਿੰਦੇ ਕਿ ਅੰਮ੍ਰਿਤਪਾਲ ਦੇ ਬਿਆਨ ਸਹੀ ਨਹੀਂ ਹੈਗੇ ਅੰਮ੍ਰਿਤਪਾਲ ਮਾਹੌਲ ਖਰਾਬ ਕਰ ਰਿਹਾ ਵਾ ਅੰਮ੍ਰਿਤਪਾਲ ਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜੇ ਹਿੰਦੂ ਲੀਡਰ ਨੇ ਜਾਂ ਸ਼ਿਵ ਸੈਨਾ ਦੇ ਲੀਡਰ ਨੇ ਉਹਨਾਂ ਦਾ ਜ਼ੁਬਾਨ ਦਾ ਰਸ ਨਹੀਂ ਸਹੀ ਹੈਗਾ ਉਹ ਜੇ ਆਪਣੇ ਜ਼ੁਬਾਨ ਸੁਧਾਰ ਲੈਣ ਤਾਂ ਇਹੋ ਜਿਹਾ ਮਾਹੌਲ ਨਾ ਬਣਨਾ ਭਾਜੀ ਮੈਂ ਇੱਕ ਗੱਲ ਕਹਿਣਾ ਮਿੰਦਰੂ ਜੀ ਮੈਂ ਵੀ ਉਹੀ ਗੱਲ ਕਹਿ ਰਿਹਾ ਇਹ ਨਹੀਂ ਹੁੰਦਾ ਵੀ ਸ਼ਿਵ ਸੈਨਾ ਸਾਰੇ ਹੀ ਮੈਂ ਤਾਂ ਕਿਸੇ ਸ਼ਿਵ ਸੈਨਾ 'ਚ ਨਹੀਂ ਚਲੋ ਤੁਹਾਡੀ ਕੈਪਸ਼ਨ ਵੀ ਪੈ ਜਾਂਦੀ ਸ਼ਿਵ ਸੈਨਾ ਤੇ ਨਿਹੰਗਾਂ ਮਨੋਂ ਸਾਹਮਣੇ ਹੋਏ ਮੇਰਾ ਕਿਸੇ ਸ਼ਿਵ ਸੈਨਾ ਨਾਲ ਕੋਈ ਤਾਲੁਕ ਨਹੀਂ ਹੈ ਮੈਂ ਆਪਣਾ ਸੰਗਠਨ ਚਲਾਉਣਾ ਹਿੰਦੂ ਸ਼ਕਤੀ ਮੋਰਚਾ ਦੇ ਨਾਮ ਤੇ ਮੈਂ ਗਨਮੈਨੀ ਦੀ ਰਾਜਨੀਤੀ ਵੀ ਨਹੀਂ ਕਰ ਰਿਹਾ ਠੀਕ ਹੈ ਨਾ ਤੁਹਾਡੇ ਸਾਹਮਣੇ ਇਕੱਲਾ ਬੈਠਾ ਮੈਂ ਚਾਹੁੰਦਾ ਨਹੀਂ ਵੀ ਗਨਮੈਨ ਦਿਓ ਕਰੋ ਉਹ ਪ੍ਰਸ਼ਾਸਨ ਦੀ ਚੀਜ਼ਾਂ ਹੁੰਦੀਆਂ ਮੈਂ ਤੁਸੀਂ ਵਾਪਸ ਵੀ ਕਰਤੇ ਲਿੱਤੇ ਨਹੀਂ ਮੈਂ ਵਾਪਸ ਕੀਤੇ ਨਹੀਂ ਕੀਤੇ ਭਾਜੀ ਮੈਂ ਪ੍ਰਸ਼ਾਸਨ ਨੂੰ ਕਦੀ ਅੱਜ ਤੱਕ ਚਿੱਠੀ ਨਹੀਂ ਪਾਈ ਫੋਨ ਮੈਨੂੰ ਵੀ ਆਉਂਦੇ ਨੇ ਫੋਨ ਆਉਂਦੇ ਨੇ ਨਹੀਂ ਆਉਂਦੇ ਮੈਂ ਕਦੀ ਉਸ ਚੀਜ਼ ਨੂੰ ਸੀਰੀਅਸ ਨਹੀਂ ਲੈਂਦਾ ਦੀ ਮੌਤ ਤੋਂ ਬਾਅਦ ਆਇਆ ਸੀ ਫੋਨ ਆਇਆ ਸੀ ਕਿ ਗਨਮੈਨ ਉਹ ਚੈਕਿੰਗ ਚੁਕਿੰਗ ਕਰਨ ਆਈ ਜਾਂਦੇ ਸਾਰਾ ਕੁਝ ਕਰੀ ਜਾਂਦੇ ਆ ਜੋ ਪ੍ਰਸ਼ਾਸਨ ਨੇ ਆਪਣਾ ਰੋਲ ਨਿਭਾਉਣਾ ਉਹ ਪ੍ਰਸ਼ਾਸਨ ਨਿਭਾਉਂਦਾ ਰਹਿੰਦਾ ਪਰ ਗੱਲ ਇਹ ਹੁੰਦੀ ਵੀ ਮੈਂ ਸਾਰੇ ਬੰਦੇ ਜਾਂਦੇ ਨੇ ਵੀ ਮੈਨੂੰ ਧਮਕੀ ਆ ਗਈ ਜੀ ਮੈਨੂੰ ਗਨਮੈਨ ਦੇ ਦਿਓ ਜੀ ਸਾਡੇ ਪਰਿਵਾਰ ਦੀ ਮੇਰੇ ਵੱਲੋਂ ਇੱਕ ਲੈਟਰ 10 ਸਾਲ ਹੋ ਗਏ ਮੈਨੂੰ ਗਨਮੈਨ ਲੈ ਕੇ ਲੱਗਦਾ ਕਿ ਸੁਰੱਖਿਅਤ ਹੋ ਤੁਸੀਂ ਭਾਜੀ ਤੁਹਾਨੂੰ ਲੱਗਦਾ 15 ਬੰਦੇ ਸੀ ਸੂਰੀ ਸਾਹਿਬ ਕੋ ਮੈਂ ਇੱਕ ਗੱਲ ਬੜੀ ਕੌੜੀ ਕਹਿਣਾ ਹੁੰਦਾ ਇੰਦਰਾ ਗਾਂਧੀ ਜਿੰਨੀ ਸਿਕਿਉਰਿਟੀ ਤਾਂ ਨਹੀਂ ਕਿਸੇ ਨੂੰ ਮਿਲ ਸਕਦੀ ਬੇਅੰਤ ਸਿੰਘ ਜਿੰਨੀ ਤਾਂ ਨਹੀਂ ਮਿਲ ਸਕਦੀ ਮਰਨਾ ਰੱਬ ਦੇ ਹੱਥ ਹੈ ਠੀਕ ਹੈ ਕਿ ਸੇਫਟੀ ਹੁੰਦੀ ਹੈ ਪਰ 15 ਗਨਮੈਨ ਸੂਰੀ ਸਾਹਿਬ ਦੇ ਨਿੱਜੀ ਇੱਕ ਡਿਪਟੀ 2 SHO 10 ਮੁਲਾਜ਼ਮ ਹੋਰ ਕਿੰਨੇ ਹੋ ਗਏ ਭਾਜੀ ਟੋਟਲ 30 ਬੰਦੇ ਉਹਨਾਂ ਦੇ ਵਿੱਚ ਯਾਰ 5 ਫੁੱਟ ਤੋਂ ਬੰਦਾ ਗੋਲੀ ਮਾਰ ਗਿਆ ਸਾਡੇ ਬੰਦਿਆਂ ਨੂੰ ਸਮਝਣਾ ਚਾਹੀਦਾ ਉਸ ਤੋਂ ਬਾਅਦ ਬੁਲਟ ਪ੍ਰੂਫ ਜੈਕਟਾਂ ਆ ਗਈਆਂ ਗਨਮੈਨ ਹੋਰ ਵੱਧ ਗਏ ਅੱਜ ਵੀ ਕੀ ਹੋ ਰਿਹਾ ਬੁਲਟ ਪ੍ਰੂਫ ਜੈਕਟਾਂ ਦੇ ਆਪਾਂ ਯਾਰ ਦਿਖਾ ਕੇ ਪਾ ਰਹੇ ਦੇਖੋ ਕੋਈ ਵੀ ਹੈ ਮੇਰੇ ਭਰਾ ਨੇ ਸਾਰੇ ਪਰ ਆਪਾਂ ਇਹ ਕਹਿੰਦੇ ਆ ਅਸੀਂ ਹਾਸੇ ਦੇ ਉਪਹਾਸ ਦੇ ਪਾਤਰ ਬਣ ਰਹੇ ਹਾਂ ਕਿਉਂ ਬਣ ਰਹੇ ਹਾਂ ਅੱਜ ਮੈਂ ਅੱਜ ਟਿਕਟੋਕ ਦੇ ਉੱਤੇ ਵੀਡੀਓ ਬਣ ਰਹੀਆਂ ਹਿੰਦੂ ਲੀਡਰਾਂ ਦੀਆਂ ਅੱਜ ਟਿਕਟੋਕ ਦੇ ਉੱਤੇ ਕੀ ਡਰਾਮੇਬਾਜੀ ਕੀ ਚੱਲ ਰਹੀ ਆ ਇੱਕ ਮੰਚ ਦੇ ਉੱਤੇ ਮੈਂ ਆਪਣਾ ਅਸਲਾ ਅਪਲਾਈ ਕਰਨ ਲੱਗਾ ਮੈਨੂੰ ਅੱਜ ਲੋੜ ਸਮਝ ਆਉਂਦੀ ਵੀ ਜੋ ਪੰਜਾਬ ਦੇ ਹਾਲਾਤ ਦੇਖੇ ਮੈਂ ਤਾਂ ਕਹਿੰਦੇ ਨਹੀਂ ਮੈਂ ਤਾਂ ਕਹਿੰਦਾ ਜੀ ਮੈਂ ਤਾਂ ਇੱਕ ਬੇਨਤੀ ਸੀਪੀ ਸਾਹਿਬ ਨੂੰ ਕਹਿੰਦਾ ਸਰ ਮੇਰਾ ਅਸਲਾ ਪ੍ਰੂਫ ਕਰ ਦਿਓ ਜੇ ਤੁਹਾਨੂੰ ਲੱਗਦਾ ਸਹੀ ਤਾਂ ਕਿਉਂ ਅਸੀਂ ਆਤਮ ਰੱਖਿਆ ਲਈ ਲੈਣਾ ਉਹਦੇ ਵੀ ਸਰਕਾਰ ਨੇ ਹੁਣ ਪਾਬੰਦੀਆਂ ਲਾਣੀ ਸ਼ੁਰੂ ਕਰ ਦਿੱਤੀ ਹੈ ਕਿ ਅਸੀਂ ਤਾਂ ਦੇਖੋ ਸਰਕਾਰ ਤਾਂ ਸਰਕਾਰ ਹੈ ਜੀ ਅਸੀਂ ਤਾਂ ਆਪਣੀ ਬੇਨਤੀ ਕਰ ਸਕਦੇ ਹਾਂ ਵੀ ਆਹ ਕੰਮ ਹੋਇਆ ਜੀ ਮੈਂ ਨਹੀਂ ਚਾਹੁੰਦਾ ਵੀ 80-80 ਹਜ਼ਾਰ ਤਨਖਾਹ ਵਾਲੇ ਤੁਸੀਂ ਮੇਰੇ ਨਾਲ ਲਾਓ ਮੇਰੀ ਕੋਈ ਮੰਸ਼ਾ ਨਹੀਂ ਮੈਨੂੰ ਮੇਰਾ ਅਸਲਾ ਲੈ ਦਿਓ ਮੈਂ ਕੋਈ ਵਧੀਆ ਹਥਿਆਰ 2-3 ਲੱਖ ਰੁਪਏ ਦਾ ਖਰਚ ਕੇ ਲਊਂਗਾ ਆਪਣੀ ਆਤਮ ਰੱਖਿਆ ਲਈ ਮੈਂ ਕੋਈ ਮਾਹੌਲ ਨਹੀਂ ਖਰਾਬ ਕਰਨਾ ਘੱਟੋ ਘੱਟ ਜੇ ਇੱਦਾਂ ਦੇ ਕੋਈ ਮਲੰਗ ਜੇ ਫੇਰ ਆਉਂਦੇ ਆ ਮੇਰੇ ਕੋਲ ਤਾਂ ਕੁਛ ਹੋਣਾ ਚਾਹੀਦਾ ਨਾ ਤੇ ਮੈਂ ਆਪਣੀ ਆਤਮ ਰੱਖਿਆ ਲਈ ਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਸਰ ਜੇ ਤੁਹਾਨੂੰ ਲੱਗਦਾ ਭਾਜਪ ਤੇ ਮੇਰਾ ਅਸਲਾ ਬਣਾ ਦਿਓ ਨਹੀਂ ਕਹਿਣਗੇ ਤਾਂ ਅਸੀਂ ਤਾਂ ਸਰਕਾਰ ਦੇ ਕਹਿਣ ਤੇ ਹੀ ਚੱਲਣਾ ਇਹਦਾ ਉਹਨਾਂ ਦਾ ਜਿਹੜੇ ਅਫਸਰ ਬੈਠੇ ਨੇ ਉਹਨਾਂ ਦਾ ਡਿਸੀਜਨ ਆ ਅਸੀਂ ਕੋਈ ਧੱਕੇ ਨਾਲ ਨਹੀਂ ਕਹਿ ਰਹੇ ਲੇਕਿਨ ਮੈਂ ਇਹ ਗੱਲ ਕਹਿੰਦਾ ਵੀ ਤੁਸੀਂ ਆਤਮ ਰੱਖਸ਼ਕ ਬਣੋ ਕਿਸੇ ਦੇ ਡਿਪੈਂਡੈਂਟ ਨਾ ਰਹੋ ਮੈਂ ਕੋਈ ਪੰਜਾਬ ਪੁਲਿਸ ਦੇ ਪ੍ਰੇਸ਼ਨ ਚ ਨਹੀਂ ਚੱਕ ਰਿਹਾ ਉਹ ਵੀ ਇੱਕ ਇਨਸਾਨ ਨੇ ਸਾਡੇ ਵਰਗੇ ਉਹਨਾਂ ਦਾ ਵੀ ਪਰਿਵਾਰ ਹੈ ਡਰ ਹਰ ਕਿਸੇ ਨੂੰ ਲੱਗਦਾ ਮੌਤ ਤੋਂ ਲੇਕਿਨ ਜਿਹੜੇ ਜਾਣ ਬੁੱਝ ਕੇ ਹੀ ਆਪਾਂ ਪੰਗੇ ਲੈਣੇ ਇੱਕ ਹੁੰਦਾ ਵੀ ਤੱਥ ਦੇ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਫਿਰ ਵੀ ਲੋਕ ਤੁਹਾਡੇ ਮਗਰ ਪੈ ਰਹੇ ਸਮਝ ਆਉਂਦਾ ਯਾਰ ਵੀ ਫਿਰ ਤੁਹਾਡੇ ਕੋਲ ਸਿਕਿਉਰਿਟੀ ਵੀ ਹੈ ਕੁਛ ਵੀ ਹੈ ਜਦੋਂ ਆਪਾਂ ਆਪ ਹੀ ਪ੍ਰਵੋਕ ਕਰਨਾ ਪ੍ਰਵੋਕ ਦੀ ਰਾਜਨੀਤੀ ਬੰਦ ਹੋਣੀ ਚਾਹੀਦੀ ਚਾਹੇ ਉਹ ਅੰਮ੍ਰਿਤਪਾਲ ਹੈ ਚਾਹੇ ਅਖੋਤੀ ਨਿਹੰਗ ਬਣੇ ਫਿਰਦੇ ਆ ਦੇਖੋ ਇਹ ਨਿਹੰਗ ਨਹੀਂ ਹੈਗੇ ਉਹ ਪਰਮਜੀਤ ਸਿੰਘ ਅਕਾਲੀ ਵਰਗਾ ਤੁਸੀਂ ਦੇਖੋ ਪੰਜਾਬ ਦੇ ਮਾਹੌਲ ਨੂੰ ਕਿੱਧਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਅੰਮ੍ਰਿਤਸਰ ਆ ਪਰਮਜੀਤ ਸਿੰਘ ਅਕਾਲੀ ਉਹਦਾ ਇਤਿਹਾਸ ਕੀ ਹੈ ਉਹਦਾ ਇਤਿਹਾਸ ਇਹ ਹੈ ਵੀ ਉਹ ਪਹਿਲਾਂ ਆਟੋ ਚਲਾਉਂਦਾ ਸੀ ਕੁੜੀ ਮੁੰਡਿਆਂ ਨੂੰ ਸਮਝ ਨੇ ਕਿ ਕਿਸ ਨੇਚਰ ਦੇ ਵਿੱਚ ਉਹ ਜਦੋਂ ਉਹਨੂੰ ਦੇਖਿਆ ਵੀ ਆਹ ਤਾਂ ਕੰਮ ਦੁਕਾਨਦਾਰੀ ਬੜੀ ਵਧੀਆ ਉਹਨੇ ਜੀ ਬਾਣਾ ਪਾ ਲਿਆ ਬਾਣਾ ਪਾ ਕੇ ਉਹ ਵੀਡੀਓ ਪਾਉਂਦਾ ਫੋਰਨ ਵਿੱਚ ਭੇਜਦੇ ਆ ਸਾਡੇ ਕੁਝ ਜਿਹੜੇ ਮਾਸੂਮ ਸਿੱਖ ਭਰਾ ਨੇ ਉਹ ਇਹਨਾਂ ਨੂੰ ਪੈਸੇ ਭੇਜ ਦਿੰਦੇ ਨੇ
भी चलो ये धर्म का काम कर रहे, धर्म का केड़ा काम कर रहे। आज सनी सिंह ने गुमराह होके सुधीर सूरी का कतल करता, देखो जे कोई हिंदू किसी सिख का कतल करता ऐदा ही कि असी लोग की करते, असी लानता पाते कहने यार तू गलत किया, कानून हाथ च नहीं लेना चाहिए। परिवार को एक महीने का बच्चा कुड़ी है शायद के मुंडा है गोदी च है, जबरदस्ती उसकी जनानी को बुलाया जा रहा है भी तुझे दसो सनी ने की कहता, वो कहती शेर सी मेरा शेर है। तुसी एक गल समझो ओदे प्यो नू जबरदस्ती कह रहा, मां ओदी रो रही है, उन्हें जबरदस्ती नहीं मेरे धर्म का काम की, धर्म का काम किया यार उन्हें। सूरी कोई भुखा बंदा सी, करोड़पति बंदा सी भाजी, पूरे पंजाब दी उत्थे तक ओदियां बसां चलदियां सी, कोई भुखा तो नहीं सी। जिवें साडे भी इल्जाम लग जांदे शिवसेना वाले वेले जी ब्लैकमेलर, उन्हें वो तो नहीं सी, एक भी चीज दिखाओ। और मरिया धर्म ली उन्हें की जज्बा सी, उन्हें जज्बा सी धर्म ली। पॉलिटिकल लोग ये कह रहे ने कि हमदर्दी जरूर है कि ये, पर उसकी जबान दा रस सही नहीं सी। ऐदा हुंदा अपना मिंद्रू जी, मैं कोई गल कर रहा, मैं गल की 3 मिनट की, तुसी 20 सैकंड का क्लिप कट के पाता, उहदे च मेरी गलती कित्थे है? गल नूं समझना तां मीडिया ने है, वीडियो छेड़ कर खालिस्तानी सीगे 2% जिहड़े खालिस्तानी है, इन्हां नूं कदी वी मसल दांगे। उहदे सिख कम्युनिटी किद्दां आ गई मैनूं समझाओ, मैं 10 वारी कहना उन्हें अपना त्योहार कट के किया। मैं हिंदुआ नूं कहना आ त्योहार रखो महंगे मोबाइल की जगह, की गलत किया भाजी? जदों ग्ञानी हरप्रीत ओहदे ते परचा देता उन्होंने, उन्होंने महीना अंदर लवाता सूरी नूं, जदों ज्ञानी हरप्रीत सिंह ने यह गल कही ओहदी वाह वाही होगी, ताड़ियां मारन लग पे। ये क्यों यार, ये दोहरा कानून है, असीं कित्थे रह रहे हैं? मतलब या तो कह दो हिंदू वाली आ लीग है, इस लीग ते चलना है, ते बाकी कम्युनिटियां लिए आ लीग है। जे तुसीं कहिंदे हो कानून बराबर, ये लीग क्यों आ रही विच फिर लीग? सरकारां देखणगीआं, सरकारां देखणगीआं, या तो मैनूं लगदा महसूस हुंदा वी सरकार की देख रही है, सरकार देख रही भी शायद हिंदुआं नूं खुल्ला छड्ड दिओ, मरो मारो कुछ तो होगा ही, पर वह यह भुल जाते हैं भी असीं शांत बैठे हाँ, पर असीं किसी चीज़ नूं भुल्ले नहीं। जे शस्त्रां दी गल करदे हो, हथियारां दी गल करदे हो, सानू चलाने भी आंदे आ, साडे को पे भी ने, पर असीं कहिंदे क्यों? पंजाब है, पंजाब दी अमन शांति, लुधियाणा जे अज लुधियाणा है, तुसीं दसो कल दे एपीसोड च इक गलती दसो साडी, असीं इदां ही 4 भरा 5 बैठे हाँ अपनी मस्ती मार रहे हैं, ऑफिस दे काम कर रहे हैं, ये थले आ रहे ने, मैनूं पत्रकारां फोन आ गए जी तुसीं भज जाओ, मैं क्यों भज्जा यार? मेरा पंजाब है, मेरा लुधियाणा, मेरा दफ्तर, मैं तां 21 ते 31 मोड़ के जाऊंगा जिहड़ा मर्जी होवे। 21 पहुंच गए, 21 तो उत्थे भेजता होना, उन्हें पता नहीं उन्हें लाया कि नहीं लाया, हले तक मेरे अकाउंट च गया नहीं, ला दे होर भेज चाहिए होर दिने, पर जे सोचता भी इदा के बंदे भेज भूज के कितने सानू डरा लेगा तो वहम है कि मैं एवं मैं फिर अमृतपाल नूं कहना कि इसका घाटा ना करा ली कि भुलेखे च होगा तू कि भी हर कोई डरन वाला ही है इतने तेनों प्रसादे वापस बराबर दे बराबर दे की वादी दे तो करेगा की दिमाग का इलाज कराऊगा हो सकता मैं नहीं पता फाइनेंशियल की ने क्राइटेरिया अभी तो पैसे भेजे भरावा तेरे पैसे भी नहीं लगते तो दिमाग का इलाज करा ला जो घटते वधदे होर मंगा ला अभी तो यही कर सकते लेकिन पंजाब के भाईचारक सांझ नूं खत्म ना कर साडा कहन दा मकसद यह सी कि यार दा कोई चलो ए जोक बन गया तो मजाक बन गया पर मैं बड़े सीरियस नोट स्टेटमेंट देती सी 21,000 दे चेक ते कहंदा जी मैं 21,000 दा चेक ता मैं भेज दांगा बंदे भेज दांगा नाल भेजे ने कल उन्हें यही किया नाल कहंदा जी हाथ दी भी गल कीती सी लै जांदा हाथ लै के नहीं गया फिर पुलिस नूं ते उन्हें नाल के लिया मीडिया नूं क्यों लिया सी नाल हाथ वढ लैंदा फिर 50 फुट दूर क्यों जाके खड़ गया सी फिर उहदे बंदे क्यों भज गए जिहड़े सूरमे बने फिरदे तुहाडे कैमरे नूं कहना चाहना हिंदू समाज नूं भी इन्हां तों डरन दी लोड़ नहीं है असीं सिख विरोधी नहीं आ सिख सारे भाईचारे ने सारी दिहाड़ी च मेरे को 50 सिख भरा आंदे ने मेरे मैं उन्हां को कम लैंदा जां मेरा व्यापार चलदा जां मेरे को कोई कम लैंदे ने असीं कोई यार एक दूजे नाल तलवारां कढ लईआं लेकिन जिहड़े इन्हां दे इदां दे लोक आ मैं हिंदू समाज नूं अपील करना डट के मुकाबला करो किसे नूं लोड़ है नंबर तुहाडे सारिआं कोल है जदों मर्जी जिथे लोड़ है साडी असीं उत्थे खड़ांगे असमाजी तत्वां दे खिलाफ किसे सिख कम्युनिटी दे खिलाफ नहीं जड़े लोग पंजाब दे लुधियाने दे या पंजाब दे मौनु खराब करना चाहते जुत्ती ओ फेरांगे जड़े याद रखणगे की अपील करनी चाहोगे हुण समाज दे लई की अपील आ माहौल ना खराब होवे असीं तां ही चाहुंदे आ असीं कदी भी नहीं चाहेगा कोई भी बंदा चाहे हिंदू है चाहे सिख है चाहे मुसलमान है चाहे ईसाई है साडे परिवार ने यार असीं मलंग थोड़ी आ साडे बच्चे ने साडे परिवार ने मां प्यो ने इत्थे दे जमपल आ असीं क्यों चाहवांगे माहौल खराब होवे मैं हिंदू समाज दे भी ओह लीडरां नूं जिहड़े कि अपनी स्वार्थ की राजनीति कर रहे हैं तो यह खोती निहंगा मैं SGPC या जी इन्हों की सर्वोच्च संस्थावां ने उन्होंने कहना इन्हें झोला चक जे निहंग बन गए ना इन्होंने कंट्रोल की जाए निहंग असली कि असं देखे हुए साडा वाह है वो इदा थोड़ी तुरे फिरते हैं यह तो कभी पाँचे सामने मैं तुम्हें स्क्रीनशॉट दिखाया 10,000 रुपये पाया इन्हें ब्लैकमेलिंग करके आदि नेचर है बंदे की। तो बिल्कुल रोहित सानी हिंदू लीडर ने
जिन्हां दे दफ्तर दे बाहर कल हंगामा होया, कुछ लोग जिहड़े ने इत्थे पहुंच जांदे ने निहंग जिहड़े लोग ने, पर रोहित साणी दा कहना कि वह नकली निहंग ने, उन्हां ते ब्लैकमेलिंग दे परचे ने, वख वख तरहां दे परचे होए ने। सो जांच जिहड़ी आ जरूर होनी चाहीदी है, रोहित साणी वालों जरूर किया गया वा। और नाल दी नाल कुछ शिवसेना के लीडर हिंदू लीडर कहा गया कि अपनी जबान का रस जरा वा सही रखन ताकि पंजाब का माहौल खराब ना हो। कैमरामैन अमन नरेंद्र महेंद्र जगमैन टीवी लुधियाना।